ਆਦ ਸੰਗ ਜੀ ਗੁਰੂ ਰੂਪ ਸਾੰਗ ਜੀ ਉਹ ਸੰਗਤਾਂ ਪਰਵਸੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਆਓ ਅਸੀਂ ਵਾਯੂ ਦਾ ਨਾਮ ਜਪੀਏ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਵਾਹਿਗੁਰੂ Oh, uh, hey. ਸਤਿ ਸ੍ਰੀ ਅਕਾਲ ਸਵਾਗਤ ਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਾਂ ਵਿਚਾਰ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਦੇ ਬਚਪਨ ਦਾ ਗੁਰੂਾਨੰਦ ਦੇ ਮਹਾਰਾਜ ਨੂੰ ਜੇ ਕੋਹਨੀ ਸੀ ਕਰਦੇ ਤੇ ਮਜ਼ਾ ਕਰੂ ਬੋਲ ਤਾਂ ਉਹ ਆ ਕਹਨਗਾ ਇਹ ਇਹ ਦੇ ਨਾਮ ਦੇ ਜਪਦੇ ਰਹਿੰਦੇ ਨੇ ਹੋਰ ਦੁਨੀਆਂਦਾਰੇ ਕੰਮ ਨਾ ਕਰਨਗੇ ਤੇ ਕਿਸ ਨਾ ਕੰਮ ਜਾਵੋਗੇ ਉਸ ਨੇ ਕਿ ਕਿ ਤਾ ਚਲ ਹੋਰ ਨਹੀਂ ਕੁਝ ਕਰਦੇ ਤੇਰਾ ਸੌਦਾ ਹੀ ਲੁਕ ਅਰ ਅੱਤੀ ਭਾਲੀ ਇਹ ਸੌਦਾ ਕਰ ਲਿਆ ਆ ਕੇ ਵੇਚਣ ਤੇ ਉਹਦੇ ਨਾਲ ਕਮਾਈ ਦੇ ਵਿੱਚ ਘਾਮ ਕਮ ਪੈਸੇ ਇਕੱਠੇ ਕਰ ਗੁਰਮੁਖ ਉਹਨਾਂ ਨੂੰ 20 ਰੁਪਏ ਦੇ ਕੇ ਤੇ ਚੂੜਖਾਨੇ ਭੇਜਿਆ ਨਾਲ ਉਹ ਆਪਣਾ ਸਹਿਵਾਜ਼ਾਰ ਪੇਸਾ ਉਹਨਾਂ ਨੂੰ ਚੂੜਖਾਨੇ ਪੇਜਿਆ ਭੇਜਣ ਨੂੰ ਉਥੋਂ ਸਮਾਨ ਖਰੀਦ ਲੈ ਆਓ ਫੇਰ ਜਦ ਵਿਚੋ ਤੇ ਇੱਥੇ ਆਸੀਂ ਸਾਰੇ ਲੋਕਾਂ ਨੂੰ ਵੇਚਾਂਗੇ ਉਹਦੇ ਜੋ ਮੁਨਾਫਾ ਜੜਾਵੇਗਾ ਉਹ ਆਪਾਂ ਨੂੰ ਗੁਨਾਹ ਕਰਦੇ ਕਮਾਨੇ ਲਾਏਗਾ ਚੂੜਖਾਣੇ ਮਹਾਰਾਜੇ ਮਹਾਰਾਜ ਨਾਲ ਮਰਦਾਨਾ ਗਿਆ ਮਰਦਾਨਾ ਨੂੰ ਪੇਜਿਆ ਉਹ ਤੇ ਜਾ ਕੇ ਜਿਹੜੇ ਗਏ ਨੇ ਤੇ ਉਥੇ ਰ ਚੂੜਖਾਣ ਤੋਂ ਪੱਲੇ ਕਮਦਾਨ ਦੇ ਵਿੱਚ ਇੱਕ ਮੰਦਰ ਦੇ ਸੀ ਉਹਦੇ ਵਿੱਚ ਸਾਰੇ 20 25 ਸਾਧੂ ਬੈਠੇ ਹੋ ਸੀ ਆਪਣਾ ਨਾਮ ਜਪ ਰਹੇ ਸੀ ਪਰ ਕਈ ਦਿਨਾਂ ਤੋਂ ਭੁੱਖੇ ਸਨ ਉਹ ਕਹੇ ਸੀ ਜਦੋਂ ਗੁਰੂ ਨਾਨਕ ਦੇਵ ਜੀ ਗਏ ਉੱਥੇ ਤੋਂ ਸਾਰਿਆਂ ਨੇ ਬੜਾ ਆਉ ਭਗਤ ਕੀ ਤਾਲ ਸਾਰੇ ਕਹਿਣ ਲੱਗੇ ਹੱਥ ਜੋੜ ਕੇ ਕਿ ਭਗਤਾ ਅਸੀਂ ਬੜੇ ਭੁੱਖੇ ਆਂ ਅਜੇ ਤੱਕ ਰੋਟੀ ਨਹੀਂ ਖਾਧੀ ਤੇ ਸਾਨੂੰ ਲੰਗਰ ਛਕਾ ਦੇ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮੋਹਤ ਹੋ ਗਏ ਜਦੋਂ ਸਾਧੂ ਉਹ ਦੇਖਦੇ ਸੀ ਇਹ ਪ੍ਰਮਾਤਮਾ ਮੇਰੇ ਪ੍ਰਮਾਤਮਾ ਦਾ ਨਾਮ ਜਪਦੇ ਰਹੇ ਤੇਰੇ ਪ੍ਰਮਾਤਮਾ ਦਾ ਨਾਮ ਜਪਦੇ ਰਹੇ ਉਹਨੂੰ ਕਹਿੰਦਾ ਕਉ ਨਾਨਕ ਆ ਕੀ ਦਿੱਤੀਏ ਥੀਸ ਬੱਡੇ ਕਰ ਪੈਸਾ ਦਿੱਤੇ ਬਿੰਸਰ ਸੇਵ ਕੀ ਜਿਕਰੀ ਚ ਇਹ ਹੈ ਅਸਲੀ ਸੇਵਾ ਤੇ ਮਹਾਰਾਜ ਨੇ ਕਿਹਾ ਉਹਨਾਂ ਨੇ ਕਈ ਮਰਤਾ ਕਾਲੂ ਨੂੰ ਨਾਲ ਜਾ ਕੇ ਭਈ ਇਹ ਤੂ ਉਹ ਤੁਸਮਾਨ ਆਪਾ ਖਰੀਦ ਲਿਆਈਏ ਤੁਸਮਾਨ 20 ਰੁਪਏ ਦਾ ਖਰੀਦ ਲਿਆਏ ਖਾਣ ਪੀਣ ਦਾ ਸਾਰ ਅਤੇ ਸਾਧੂਆਂ ਨੂੰ ਲੰਗਰ ਲਾਤਾ ਪਹਿਲਾ ਸਿੱਖ ਜਗਤ ਦੇ ਚ ਲੰਗਰ ਦੀ ਪਥਾ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਸਾਧੂਆਂ ਨੂੰ ਚਲਾਈ ਜਿਹੜਾ ਅੱਜ ਉਹ ਲੰਗਰ ਜਿਹੜਾ ਹਰ ਗੁਰਦੁਆਰੇ ਬੰਦਾ ਆਇਆ ਲੰਗਰ ਜਿਹੜਾ ਗੁਰਦੁਆਰ ਜੇ ਲੰਗਰ ਨਹੀਂ ਬੰਦਾ ਉਹ ਅਸਲੀ ਗੁਰਦੜ ਦੀ ਮਰਿਆਦਾ ਨਹੀਂ ਬਾਲੋ ਕਰਦੇ ਨਹੀਂ ਚਲਾ ਰਹੇ ਤਾਂ ਗੁਰਮੁਖ ਉਹ ਗੁਰਨਾ ਨ ਕਰੇ ਜੇ ਲੰਗਰ ਲਿਆਇਆ ਜੁਰਾਸੂ ਦੇ ਲਿਆਈ ਤੇ ਉਥੇ ਲੰਗਰ ਬਣਾਇਆ ਸਾਰੇ ਸਾਧੂ ਗਨ ਸ਼ੁਕਰਾਤਾ ਹੋਣ ਬੜੇ ਪ੍ਰਸੰਨ ਹੋਏ ਉਹਨਾਂ ਬੜੀਆਂ ਸੀਸਾ ਦਿੱਤੀਆਂ ਲੈ ਕੇ ਪ੍ਰਮੀਆ ਮਹਾਂਪੁਰਸ਼ ਵਾਜਾ ਸੀ ਹੈ ਕਾਰ ਆਪਣਾ ਪੂਰਤੀ ਕਰ ਲਈ ਆ ਉਹ ਨਾਂ ਬਣ ਜਾ ਕੇ ਆਪਣਾ ਜਨਮ ਸਭਲਾ ਕਰਾਂਗੇ ਗੁਰੂ ਨਾਨਕ ਦੇਵ ਜੀ ਜਿਹਨੇ ਲੰਗਰ ਛਕਾ ਕੇ ਮਰਦਾਨੇ ਦੇ ਨਾਲ ਵਾਪਸ ਆਏ ਤੇ ਰਸਤੇ 'ਚ ਕਹਿਣ ਲੱਗਿਆ ਮਰਦਾਨਾ ਮਹਾਰਾਜ ਅਸੀਂ ਸੌਦਾ ਤਾਂ ਜਾਂਦਾ ਨਹੀਂ ਮੈਂ ਤਾਂ ਕਾਲੂ ਜੀ ਬੜੇ ਡਰਾਜ ਹੋਣਗੇ ਬੜਾ ਗੁੱਸੇ ਚ ਆ ਕੇ ਕਾਣ ਕਹਿਣਗੇ ਗੁਰੂ ਨਾਨਕ ਜੀ ਕਹਿੰਦਾ ਕੋਈ ਨਹੀਂ ਪਰ ਆਪਾਂ ਮਾਝੋ ਕਹਿਣਗੇ ਆਪਾਂ ਨੂੰ ਸਤਕਾਰ ਆਪਣੇ ਹਿਰਦੇ ਵਿਚ ਵਸਾਰਾਂਗੇ ਕਿਉਂਕਿ ਇਹ ਜੇ ਪਰਉਪਕਾਰ ਕੀਤਾ ਆ ਸਾਧੂਆਂ ਨੂੰ ਜੋ ਲੰਗਰ ਛਕਾਇਆ ਇਹ ਸੱਚਾ ਸੌਦਾ ਆ ਇਹ ਅਸਲੀ ਗੁਰਨਾਮ ਦੇ ਗੁਰਗੁਰ ਅਕਾਲ ਪੁਰਖ ਦਾ ਸੱਚਾ ਸੌਦਾ ਕੀਤਾ ਉਸ ਵੇਲੇ ਗੁਰੂਆਂ ਕੋ ਗੁਰਨਾਮ ਦੇ ਜਿਸ ਅਸੇ ਦਿਲ ਦੇ ਵਿੱਚ ਮਹਾਰਾਜ ਦਾ ਬੜਾ ਪ੍ਰਸੰਨ ਸੀ ਆ ਜੋ ਸਾਧੂਆਂ ਨੂੰ ਆਪਾਂ ਲੰਗਰ ਛਕਾਇਆ ਮਰਦਾਨਾ ਵਿਚਾਰਾ ਗੰਬੀ ਜਾਏ ਕਿ ਉਹ ਕਹੇ ਹੁਣ ਮੈਂ ਤਾਂ ਕਾਲੂ ਜੀ ਦੇ ਮੇਰੇ ਘਰ ਪੜਾਂ ਤੂੰ ਕੀ ਕੀਤਾ ਉਹ ਨਹੀਂ ਸਮਝਾਇਆ ਉਹ ਜਿਹੜੇ ਵਾਕਈ ਆਏ ਤੇ ਸਾਰਾ ਦੱਸਿਆ ਆਪੀ ਸਭ ਮੈਂ ਤਾਂ ਘਰੋਂ ਕੱਢੇ ਸਾਧਾਰੀ ਲਿਆ ਲਾਵੀ ਰੇਲਾ ਉਹ ਆਪਣਾ ਉਹ ਦੱਸਿਆ ਮਰਦਾਨ ਨੇ ਮਹਾਰਾਜਾ ਸੀ ਗਏ ਸੀ ਉੱਥੇ ਤੇ ਉੱਥੇ ਸਾਧੂ ਬੈਠੇ ਹੋਏ ਸੀ ਝੂਠ ਖਾਣ ਤੋਂ ਹੋ ਰਿਹਾ ਹੈ ਪੁਰਖਾਂ ਸਾਨੂੰ ਜਿਹੜੇ ਮਿਰਤ ਗੁਰਨਾ ਦੇ ਜਿਹਨਾਂ ਨੂੰ ਮਿਲਣਗੇ ਤੇ ਸਾਰੇ ਕਹਿੰਨ ਲਗੇ ਉਹ ਪੁਰਖਾ ਅੱਜ ਇਹਨੇ ਜਿਹੜਾ ਲੋ ਪੁਖੇ ਆ ਸਾਨੂੰ ਲੰਗਰ ਛਕਾ ਦੇ ਤੇ ਮਹਾਰਾਜ ਪ੍ਰੇਮ ਦੇ ਘਰ ਜਾ ਕੇ ਮਹਾਰਾਜ ਉੱਤੇ ਲੰਗਰ ਛਕਾਤਾ ਸਾਰੇ ਪੈਸੇ ਉੱਤੇ ਲੱਗ ਗਏ ਮੈਂ ਤਾਂ ਕਹੂ ਬਹੁਤ ਸੁਨਾਦੋਆ ਮਰਦਾਨੇ ਨੂੰ ਵੀ ਝਾੜਿਆ ਆਪ ਤੈਨੂੰ ਨਾਲ ਭੇਜਿਆ ਸੀ ਬਰਬਾਦ ਕਰ ਆਇਆ ਮਾਇਆ ਦਾ ਇਹ ਕਰ ਆਇਆ ਇਹ ਕਰ ਆਇਆ ਇਹ ਕਰ ਬੜਾ ਜੋ ਬਹੁਤ ਝਾੜਿਆ ਸਾਰਾ ਨਾਇ ਬੁਲਾਵਾਂ ਜਦੋਂ ਪਤਾ ਲਗਾ ਤੋ ਉਸਨੇ ਬੁਲਾਇਆ ਮੈਂ ਤਾਂ ਕਹ ਲੋ ਮੈਂ ਤਾਂ ਕਹ ਲੋ ਇਹ ਖੁਦਾ ਦਾ ਆਲਮੀਆ ਖੁਦਾ ਨੇ ਪੇਚਿਆ ਨੂੰ ਖੁਦਾ ਦਾ ਰੰਗ ਇਹਦੇ ਚੜੇਗਾ ਇਹਨੂੰ ਨਾ ਤੋ ਕੁਛ ਆ ਦੇ ਤੈਨੂੰ ਪੈਸਿਆਂ ਦੀ ਜ਼ਰੂਰਤ ਹੈ ਪੈਸੇ ਖਰਚ ਕਰ ਰਿਹਾ ਤੇ ਮੇਰੇ ਕੋਲ ਲੱਲਾ ਪਰ ਲੱਜ ਮੇਰੇ ਇਹ ਤੁਹਾਡੇ ਕੋਲ ਪੈਸੇ ਕੀ ਲਵਾ ਇਸਨੇ ਗਾ ਕਮਾਈ ਕਰਨੀ ਆ ਇਸਨੇ ਕੁਝ ਵੀ ਨਹੀਂ ਕਰਦਾ ਅਖੀਰ ਤੋ ਜਦੋਂ ਮਹਾਰਾਜ ਉਥੇ ਇਹ ਸਾਰਾ ਰਾਤ ਉਹ ਕਹਿੰਦੇ ਕਿ ਬੇਬੇ ਨਾਨਕੀ ਕੋਲ ਭੇਜ ਦਿਓ ਉਥੇ ਜਾ ਕੇ ਦੁਕਾਨਦਾਰ ਦੁਕਾਨ ਕਰੇਗਾ ਕੋਈ ਕਾਰੋਬਾਰ ਕਰੇਗਾ ਬੇਬੇ ਨਾਨਕੀ ਕੋਲ ਭੇਜ ਦਿੱਤਾ ਉਥੇ ਉਹਨਾਂ ਦਾ ਜਿਹੜਾ ਬਾਦਸ਼ਾਹ ਦਾ ਸਟੋਰ ਸੀ ਰਾਜੇ ਦਾ ਉਥੇ ਦਾ ਸਟੋਰ ਦਾ ਉਹਨਾਂ ਨੇ ਇਹਨੂੰ ਇਨਚਾਰਜ ਬਣਾਤਾ ਉਥੇ ਤੋਲਣ ਦਾ ਵਾਤੇ ਰਹਾ ਸੀ ਤੀ ਤੋਲ ਤਾਲ ਕੇ ਲੋਕਾਂ ਨੂੰ ਸੌਦਾ ਦੋਦਦੇ ਪੈਸੇ ਜਿਹੜੇ ਇਕੱਠੇ ਹੋਣ ਗੋਲ ਕਰਵਾ ਔਰ ਇਹ ਫਿਰ ਸਰਕਾਰੀ ਕਾਮਦਲ ਚ ਲੱਗੇਗਾ ਤੇ ਜਿਹੜੇ ਬੈਠੇ ਸਟੋਰ ਦੇ ਵਿੱਚ ਤਦੋਂ ਫਿਰ ਸੌਦਾ ਤੋਲਣ ਲਗੇ ਤੇ ਗੁਰਮਖੋ ਜਿਹੜਾ ਹੈ ਉਹਨੂੰ ਤੋਲਦੇ ਤੋਲਦੇ ਰਾ ਤੋਲਦੇ ਰ ਜਿਹੜਾ ਦੋਲਦੇ ਰ ਜਿਹੜਾ ਹੈ ਤੋਲਦਾ ਰ ਜਦੋਂ 13 ਤੇ ਪੰਨੇ ਦਾ ਇੱਕ ਨਮਰ ਤੇ ਇੱਕ ਤੋਂ ਤੁਜ ਫਿਰ ਦੋ ਦਨ 4 5 ਤੇ ਉਹ 13 ਦੇ ਆਏ ਤੇ 13 ਨਾਲ ਲੱਕੜ ਆਪਣੇ ਸੌਦਾ ਦੰਦੇ ਰਹੇ ਤੇ ਆਪੇ ਸਭਾ ਬੇਰੇ ਸੌਦਾ 13 13 13 13 ਦਾ ਮਤਲਬ ਹੈ ਕਾਲਪੁਰ ਭਾਈ ਮੈਂ 13 ਆ ਪਰਮਾਤਮਾ ਮੈਂ 13 ਆ ਉਹਦੇ ਵਿੱਚ ਇੰਨਾ ਲੀਨ ਹੋ ਗਏ ਉਹ ਸੁਰੰਗ ਦੇ ਵਿੱਚ ਕੇ ਸੌਦਾ ਤੋਲ ਤੋਲ ਕੇ ਆਪਣ ਲੋਕਾਂ ਨੂੰ ਦੰਦੇ ਰਹੇ ਲੋਕੀ ਵੀ ਸਾਰੇ ਸ਼ਹਿਰ ਤੇ ਆ ਗਏ ਵੀ ਉਹਨੂੰ ਕੀ ਹੋ ਗਿਆ ਕੋ ਦਾਨ ਬਣੂ ਉਹ ਸੌਦਾ ਤੇ ਦਈ ਦਲਾ ਬੁਖਤੀ ਤਈ ਜਾਂਦਾ ਸਾਰੇ ਆ ਕੇ ਲਾਇਨ ਚਾਹੇ ਲਾ ਕੇ ਸੌਦਾ ਲਾ ਗਏ ਸਾਰਾ ਜਿਹੜਾ ਸੌਦਾ ਲਾ ਗਿਆ ਤੇ ਜਾ ਕੇ ਗੁਰਨਾ ਲੋਕਾਂ ਬਹਿਰ ਘਰਾਂ ਨੇ ਕਿਹਾ ਉਹਦੇ ਉਥੋਂ ਦੇ ਬਾਦਸ਼ਾਹ ਨੂੰ ਇਹ ਗੁਰਨਾਦ ਕਨੇ ਤੇ ਸੌਦਾ ਸਾਰਾ ਸ਼ਹਿਰ ਹੀ ਲੁਟਾ ਦਿੱਤਾ ਸਾਰਾ ਸਾਰਾ ਜਿਹੜਾ ਸਾਰਾ ਲੁਟਾ ਦਿੱਤਾ ਸਾਰਾ ਸਟੋਰ ਜਿਹੜਾ ਜੀ ਜਿਹੜਾ ਗੌਰਮੰਦ ਸਟੋਰ ਜੀ ਜਿੱਥੋਂ ਦਿੰਦੇ ਹੁੰਦੇ ਸੀ ਲੋਕਾਂ ਨੂੰ ਪੈਸੇ ਲੈ ਕੇ ਕੀਜਾ ਦੁਕਾਨ ਵੀ ਨੇ ਦਿੰਦੇ ਹੁੰਦੇ ਸੀ ਗਵਰਨਮੈਂਟ ਸਟੋਰ ਸੀ ਉਸ ਸਟੋਰ ਨੂੰ ਲੁੱਟਾਤਾ ਗਵਰਨਮੈਂਟ ਨੂੰ ਲੁੱਟਾਤਾ ਸਟੋਰ ਡੋਲਾ ਪਾ ਗਿਆ ਸਾਰੇ ਗਵਰਨਮੈਂਟ ਗੁਦਾਨ ਗਵਰਨਮੈਂਟ ਸਟੋਰ ਲੁੱਟਾਉਂਦਾ ਬਾਤ ਆ ਗਿਆ ਨਾਲ ਉਹ ਰਹਿ ਲਕਾਰਾ ਹੈ ਮੈਂ ਆਪਣਾ ਤੋਲੋਂ ਤਾਲ ਮੈਂਨਵਾਲ ਵੀ ਦੇਖੀਏ ਮੈਂ ਤਾਂ ਕਾਲੂ ਨੂੰ ਕਿਹਾ ਵੀ ਤੂੰ ਚੱਲ ਤੂੰ ਮੈਂ ਜੇਲ੍ਹ ਤੇ ਵੀ ਇਮਰਾਨ ਵੀ ਜੇਲ੍ਹ ਚਲੇ ਮੈਂ ਤਾਂ ਕਾਲੂ ਕੰਦਾ ਮਹਾਰਾਜ ਤੋਲ ਕੇ ਸਾਰਾ ਸਟੋਰ ਦੇਖ ਲੋ ਜਿੰਨਾ ਘੱਟ ਹੋਏਗਾ ਮੈਂ ਦੇਵਾਂਗਾ ਜੇ ਨਾਂ ਦੇ ਸਕਦਾ ਮੈਨੂੰ ਵੀ ਅੰਦਰ ਕਰ ਦੇਣਾ ਗੁਰਦਾਨ ਨੂੰ ਤਾਂ ਅੰਦਰ ਕਰ ਕੇ ਕੀ ਕਰੋਗੇ ਉਹ ਤਾਂ ਬਸ ਤਾਲੀਆਂ ਮਤਬ ਉਹਲਾ ਮੈਨੂੰ ਅੰਦਰ ਕਰ ਦੇਣਾ ਜਿਆਦਾ ਜਿਆਦਾ ਬਾਥਿਆ ਕੇ ਹੌਤੋ ਦਾ ਰਾਜਾ ਤੇ ਜਾ ਕੇ ਸਟੋਰ ਨੂੰ ਚੈੱਕ ਕਰਨ ਲੱਗੇ ਤੇ ਗੁਰਦਾਨ ਦੇਵ ਜੀ ਉਹ ਚੈੱਕ ਕਰਦੇ ਸੇ ਗੁਰਦਾਨ ਦੇਵ ਜੀ ਐਸਾ ਤੇਰਾ ਤੇਰਾ ਕਰਕੇ ਸਾਰ ਸਾਰ ਤੇ ਲੋਕੀ ਲਾਈਨ ਤੇ ਲੱਗੇ ਤੇ ਦੇਹ ਨੂੰ ਦੇ ਰਹੇ ਸੀ ਮਹਾਰਾਜ ਦੇ ਰੀ ਚੌਤਾ ਦੇ ਰੀ ਤੇਰੇ ਤੇਰਾ 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 ਕਰਕੇ ਸਾਰੀਆ ਝੋਲੀਆ ਭਰ ਦਿੱਤੀਆ ਗੁਰਮੁਖੋ ਇਹ ਅਹਲਕਾਰ ਨੇ ਉਥੋਂ ਦੇ ਮਹਾਰਾਜ ਦੇ ਅਹਲਕਾਰ ਹੈ ਸਾਰਾ ਸਟੋਰ ਦੇਖਿਆ ਸਟੋਰ ਦੇਖ ਕੇ ਕੀ ਨਤੀਜਾ ਕਰਕੇ ਆ ਕਿ ਸਟੋਰ ਵੱਧ ਗਿਆ ਗੁਰੂ ਨਾਨਕ ਗੁਰੂ ਉਥੋਂ ਦੇ ਮਹਾਰਾਜ ਨੇ ਉਥੋਂ ਦੇ ਰਾਜੇ ਨੇ ਜਿਹੜਾ ਨਾ ਬਾਦਸ਼ਾਹ ਸੀ ਉਥੋਂ ਦਾ ਜਿਹੜਾ ਉਹਨੂੰ ਪੈਸੇ ਜਿਹੜੇ ਸੀ ਗੁਰੂ ਨਾਨਕ ਦੇਵ ਜਿਹੜੂ ਉਹ ਬੜਾ ਹੈਰਾਨ ਹੋ ਗਿਆ ਉਹ ਆ ਕੇ ਸਿੱਧਾ ਕਹਨ ਲੱਗਾ ਤੂੰ ਤਾਂ ਅੱਲਾਹ ਤਾਲਾ ਦਾ ਨੂਰ ਸਾਰੇ ਸ਼ਹਿਰ ਨੂੰ ਜਾਨਤਾ ਫਿਰ ਵੀ ਸੁਰੋਰ ਵੱਧ ਗਿਆ ਗੁਰਮੁਖ ਉਹ ਇਹ ਕੌਤਕ ਦੇਖ ਕੇ ਮੈਂ ਤਾਂ ਕਾਲੂ ਬੜਾ ਹੈਰਾਨ ਹੋ ਗਿਆ ਮੈਂ ਤਾਂ ਕਾਲੂ ਕਹਨ ਲਗਾ ਪਏ ਇਸੇ ਕਾਰਨ ਤਾਂ ਕੁਝ ਨਹੀਂ ਅੱਜ ਸਹਿਬ ਇਹ ਲਟਾਤਾ ਕੱਲ ਨੂੰ ਹੋਰ ਕਰੇਗਾ ਤੀਸਰੇ ਨੂੰ ਹੋਰ ਕਰੇਗਾ ਉਸਰੇ ਗੋਡਾ ਨੰਦ ਦੇਵ ਜੀ ਮਹਾਰਾਜ ਨੂੰ ਬਿਬੇ ਨਾਨਕ ਜੀ ਦੇ ਪਾਸ ਭੇਜਤਾ ਤੋਂ ਤਾਂ ਉੱਡ ਲੋਤੀ ਉੱਥੇ ਵੀ ਉੱਥੇ ਕੰਮ ਕਰੇਗਾ ਲਾਪਰੋਇਆ ਜੈਰਾਮ ਵੀ ਕਰ ਸਕਦਾ ਕਿ ਅਸੀਂ ਉੱਥੇ ਕੰਮ ਨੂੰ ਦਿਆਂਗੇ ਮਹਾਰਾਜ ਉੱਥੇ ਚਲੇ ਗਏ ਸ਼ਹਿਰ ਨੂੰ ਛੱਡ ਕੇ ਸਾਰਾ ਹਹਾਕਾਰ ਸ਼ਹਿਰ ਬਚ ਗਿਆ ਵੀ ਇਹ ਦੇਖੋ ਜੀ ਗੁਰੂ ਨਾਨਕ ਦੇ ਸਾਨੂੰ ਰਜਾਤਾ ਅਜ ਗੁਰੂ ਨਾਨਕ ਨੂੰ ਤਾਂ ਕੱਢ ਦਤਾ ਮਹਾਤਿਆ ਨੇ ਤੇ ਉਹ ਜਿਹੜੇ ਮਹਾਤਿਆ ਨੇ ਕਿ ਐਕਚੁਅਲੀ ਆ ਕੇ ਸਟੋਰ ਦੇਖਿਆ ਸਾਰਾ ਇਹ ਇਹ ਸਾਰਾ ਰਜਾਤਾ ਜਦ ਸਟੋਰ ਤੋਲਣ ਲੱਗੇ ਤੇ ਸਾਰਾ ਸਟੋਰ ਹੋਰ ਵੱਧ ਗਿਆ ਉਹ ਥੋੜਾ ਜਿਹੜਾ ਰਾਜਾ ਸੀ ਮਹਾਰਾਜ ਆ ਬਾਦਸ਼ਾ ਉਹ ਉਹ ਨਾਰਿਕ ਨੂੰ ਸੇਦਾ ਕਰ ਲਾ ਪਿਆ ਕਿ ਤੂੰ ਤਾਂ ਨਾ ਤੂੰ ਅੱਲਾਹ ਤਾਲਾ ਦਾ ਨੂਰ ਆ ਤੂੰ ਤੇ ਇਹ ਸਾਰੇ ਰਜਾਤਾ ਤੇ ਫਿਰ ਵੀ ਸਟੋਰ ਵੱਧ ਗਿਆ ਸਟੋਰ ਵੱਧ ਗਿਆ ਤੇ ਮਗਰ ਬੈਤਾ ਕਾਲੂ ਬੜਾ ਫਿਰਵਿੰਦਾ ਹੋਇਆ ਵੀ ਇਹ ਇਹ ਠੀਕ ਐ ਸਟੋਰ ਤੇ ਵੱਧ ਗਿਆ ਤੇ ਠੀਕ ਐ ਅਡੀ ਲਾਜ ਰੱਖੀ ਪਰਮਾਤਮਾ ਨੇ ਪਰ ਇਸੇ ਤਰ੍ਹਾਂ ਲੁੱਟਾਈ ਦਿੱਤਾ ਜੀ ਨਾ ਸਟੋਰ ਮੈਂ ਤਾਂ ਕਹਾਂ ਉਹਦਾ ਹੋਰ ਹੀ ਨਤੀਜਾ ਹੁੰਦਾ ਜੀ ਮੰਦਾ ਉਹ ਇਹਨਾਂ ਨੂੰ ਰਾਣ ਉਹਨਾਂ ਨੂੰ ਬੇਰਾ ਹੋ ਨਾ ਦੇ ਨਾਲ ਦੇ ਦੁਨੀਆ ਵਾਲੇ ਨਾਲ ਨਾਲ ਦੇਤਾ ਜੀ ਤੇ ਜਿਹੜਾ ਉਹਦਾ ਬਾਦਸ਼ਾਹ ਸੀ ਉਹ ਉਹਨਾਂ ਨਾਲ ਸਿੱਧੇ ਕਰ ਲਾ ਪਿਆ ਕਿ ਇਹ ਗੁੱਦ ਖੁਦਾ ਅੱਲਾ ਤਾਲਾ ਨੂਰਿਆ ਦੇਖੋ ਇਹਨਾਂ ਸਟੋਰ ਸਾਰੇ ਲੋਕਾਂ ਨੂੰ ਵਾਡ ਵੀ ਦਿੱਤਾ ਰਜਾ ਵੀ ਦਿੱਤਾ ਔਰ ਫੇਰ ਵੀ ਮਹਾਰਾਜ ਦੀ ਮਜਾਖੀ ਨਾਰ ਇਹ ਐਨਾ ਸਟੋਰ ਵੱਧ ਗਿਆ ਸਭ ਕੁਝ ਵੱਧ ਗਿਆ ਇਹ ਅੱਲਾਹ ਤਾਲਾ ਨੂਰ ਆ ਇਹ ਰਬੀ ਤਾਕਤ ਆ ਗੁਰਮੁਖੋ ਜਿਸ ਰੇ ਕਿਰਪਾ ਨਾਲੇ ਉਹ ਹੋਈ ਤਾਂ ਫਿਰ ਗੁਰਨਾਨ ਦੇਵ ਜੀ ਨੂੰ ਭੇਜਤਾ ਕਿਰਪਾ ਨਾਲੇ ਉੱਥੇ ਕਿਰਪਾ ਨਾਲੇ ਬੇਬੇ ਨਾਨਕੀ ਕੋਲ ਬੇਬੇ ਨਾਨਕੀ ਕੋਲ ਜਾ ਕੇ ਤਾਂ ਉੱਥੇ ਫਿਰ ਬੇਬੇ ਨਾਨਕੀ ਨੇ ਇਹਨਾਂ ਨੂੰ ਆਪਣੇ ਕੰਮ ਦੇ ਵਿੱਚ ਲਾਇਆ ਕੰਮ ਦੇ ਵਿੱਚ ਕੀਤਾ ਉੱਥੇ ਇਹ ਤਾਰਾ ਟੂਰ ਸਟਾਰ ਦਿੱਤਾ ਸਾਰਾ ਕੀਤਾ ਉਤੇ ਮਹਾਰਾਜਲੀ ਬਖਸ਼ਨਾਰ Webinarn ਕੇ ਨੇ ਸੰਭਾਲਿਆ ਸਾਰਾ ਤੇ ਉਥੇ ਕਿੰਨ ਕਹ ਰਿਹਾ ਸੱਚੇ ਬਾਦਸ਼ਾਹੀ ਬਖਸ਼ਨਾਰ ਇਹ ਗੁਰ ਨਾਲ ਦੀ ਵਾਹ ਵਾਹ ਹੋ ਗਈ ਔਰ ਟੂਰ ਵੱਧ ਗਿਆ ਸਾਰਾ ਕਿ ਉਹ ਟੂਰ ਮੇਬੇਦਾਨ ਕੀ ਨੂੰ ਵੀ ਖੁਸ਼ ਹੋਈ ਤੇ ਵੀ ਇਹ ਕਿੰਨ ਕਹ ਰਿਹਾ ਮਹਾਰਾਜ ਦਾ ਬਖਸ਼ਸ਼ਦਾਰ ਜਿਆ ਆਪਣਾ ਬੇਬੇ ਨਾਨਕ ਵੀ ਖੁਸ਼ ਹੋਈ ਕਿ ਮਹਾਰਾਜ ਨੇ ਸਟੋਰ ਬੁਲਾਤਾ ਤੇ ਮਹਾਰਾਜ ਨੇ ਉਥੇ ਫਿਰ ਉਹਨੂੰ ਬਾਦਸ਼ਾਹ ਬਯੂਤੁੱਲਾ ਮਨਨ ਲਾਪਿਆ ਕਿ ਤੇ ਅੱਲਾਹ ਤਾਲਾ ਦਾ ਨੂਰ ਆ ਇਹ ਤਾਂ ਕੋਈ અવਤਾਰ ਆਇਆ ਜਿਸ ਨੇ ਸਟੋਰ ਸਾਰਾ ਨੂੰ ਸ਼ਹਿਰ ਨੂੰ ਰਜਾ ਵੀ ਦਿੱਤਾ ਤੇ ਸਾਰਾ ਫਿਰ ਵੀ ਸਟੋਰ ਵੱਧ ਗਿਆ ਉਹ ਸਿੱਧੇ ਕਰਕੇ ਚਲਾ ਗਿਆ ਅਖੀਰ ਤੋਂ ਗੁਰਨਾਮ ਦੇਵ ਜੀ ਡਰਾਸ ਹੋ ਗਏ ਉਹਨਾਂ ਸਟੋਰ ਦੀ ਡੋਕੜੀ ਛੱਡ ਦਿੱਤੀ ਫਿਰ ਉਹ ਨਾਮ ਜਪਣ ਤੇ ਚੁਰ ਘਰ ਲੱਗ ਪਏ ਨਾਮ ਮਨ ਜਪਣ ਲੱਪੇ ਫਿਰ ਬੜੇ ਕੌਤਕੀ ਤੇ ਬਈਨ ਅਲੀ ਇੱਕ ਵਾਰੀ ਰਾਨ ਗਏ ਤੇ ਉਥੇ ਉਹਨਾ ਮੂਲਾ ਨਾਲ ਗਿਆ ਨਾਰਵਾ ਉਹ ਤੇ ਜੇ ਨਾਰਨ ਵਾਸਤੇ ਗਏ ਕਪੜੇ ਮੂਲਾ ਨਾਲ ਨੂੰ ਕਿਹਾ ਤੂੰ ਸੁਭਾਲ ਕੇ ਰਹਾ ਕਪੜੇ ਉਹਨਾਂ ਸਵਾਲੇ ਹੋਏ ਸੀ ਜੀ 24 ਮਾਰੀ ਤੇ ਗੋ ਨਿਕਲੇ ਨਹੀਂ ਰੌਣਾ ਪੈ ਗਿਆ ਗੋ ਨਾਲ ਡੁੱਬ ਗਿਆ ਗੋ ਨਾਲ ਡੁੱਬੇਗਾ ਡੁੱਬ ਗਿਆ ਡੁੱਬ ਗਿਆ ਸਾਰ ਸਾਰੇ ਜਨ ਰੌਣਾ ਪੈ ਗਿਆ ਸਾਰੀ ਸ਼ਾਨ ਬੀਰ ਕਰ ਲਾ ਪਏ ਜੰਗਲ ਦੇ ਵਿੱਚ ਤਾਂ ਨਹੀਂ ਜਾ ਕੇ ਲੁੱਗ ਗਿਆ ਸਾਰਾ ਜੰਗਲ ਵੀ ਸਾਰਾ ਸ਼ਾਨ ਕੇ ਲੈ ਗਿਆ ਫਿਰ ਦਰਿਆ ਵੀ ਥਾਰੇ ਤਾਂ ਸ਼ਾਨ ਕੇ ਦੇਖ ਲਿਆ ਗੁਰੂ ਨੂੰ ਕੁਝ ਨਹੀਂ ਮਿਲਿਆ ਗੁਰੂ ਨੂੰ ਖੋਸਰੀ ਦੇ ਵਾਸਤੇ ਉੱਤੇ ਸੀ ਤੇ ਗੋ ਨਾਲ ਜੋ ਚੰਬੀਮਾਰੀ ਤੋਂ ਅਕਾਲਪੁਰ ਚਲੀਨ ਹੋਣ ਵਾਲੇ ਉਹਨਾਂ ਤੱਤਾ ਨਾਲ ਤਤ ਮਿਲਾਤੇ ਔਰ ਜਿਹੜਾ ਸੀ ਜੋਤ ਆਤਮਾ ਜਿਹੜਾ ਪਰਮਾਤਮਾ ਨਾਲ ਮਿਲਾਤਾ ਅਕਾਲਪੁਰ ਹੋਂਕੇਲ ਹੋ ਗਏ ਔਰ ਆਪਣੇ ਸਾਰੇ ਸੰਸਾਰ ਉਦਸਤਾ ਕਿ ਆਤਮਾ ਤੇ ਪਰਮਾਤਮਾ ਇੱਕ ਆਪਾਂ ਆਤਮਾ ਨਾਲ ਧਿਆਨ ਲਾਵਾਂਗੇ ਤੇ ਪਰਮਾਤਮਾ ਤੇ ਲੀਨ ਹੋ ਜਾਗੇ ਗੁਰੂ ਨਾਨਕ ਦੇਵ ਜੀ ਡੁੱਬਿਆ ਕੋਈ ਨਹੀਂ ਇਹ ਸਾਰਾ ਪਰਮਾਤਮਾ ਦੀ ਖੇਡ ਆ ਗਰਮਖੋ ਜਦੋਂ ਬਾਹਰ ਨਿਕਲ ਆਇਆ ਗੁਰੂ ਨਾਨਕ ਦੇ ਸਾਰਿਆਂ ਅਨੁਸਾਰ ਇਹ ਕਰਿਆ ਸਾਰਿਆਂ ਅਨੁਸਾਰ ਆਇਆ ਉਹਨਾਂ ਨੇ ਫਿਰ ਉੱਥੇ ਬੜਾ ਉਹਨਾਂ ਦੀ ਇੱਜ਼ਤ ਉਹ ਮਹਾਰਾਜ ਦੀ ਸਾਰਾ ਸ਼ਹਿਰ ਮਨ ਲਾ ਪਿਆ ਔਰ ਭਈ ਇਹ ਗੱਲ ਨਾਲ ਫਿਰ ਮਹਾਰਾਜ ਦੀ ਬਖਸ਼ਿਸ਼ ਹੋਈ ਮਹਾਰਾਜ ਉੱਥੋਂ ਫਿਰ ਸਾਰਿਆਂ ਨੂੰ ਪ੍ਰਚਾਰ ਕਰ ਲਾ ਪਏ ਔਰ ਉਹਦੀ ਭੈਣ ਵੀ ਨਾਨਕੀ ਵੀ ਬੜੀ ਖੁਸ਼ ਹੋਈ ਉੱਥੋਂ ਦਾ ਮਾਮਾ ਜਿਹੜਾ ਰਾਜਾ ਸੀ ਉਹ ਵੀ ਉਹਨੂੰ ਜਿਹੜਾ ਬਾਦਸ਼ਾਹ ਸੀ ਉਹ ਵੀ ਗੁਰਦਾਨ ਕਰਨ ਆਪਾਰ ਬਨਣਾ ਪਿਆ ਅੱਲਾ ਦਾ ਨੂਰ ਬਨਣਾ ਪਿਆ ਉਹ ਨਾਂ ਦੀ ਸਾਰੇ ਵਾਵਾ ਹੋਈ ਤਾਂ ਪਾਕਾ ਬਾਕੀ ਦਾ ਜ਼ਰੂਰ ਨਾ ਉਹ ਬਾਤ ਕਰਾਂਗੇ ਅਗਲੇ ਦਿਨ ਕਿ ਮਹਾਰਾਜ ਨੇਗਾ ਹੋਰ ਕੌਤੁਕੀ ਕੀਤੀ ਪਰ ਮਖੋ ਜਿੰਨੇ ਸਾਡੇ ਸਕੂਲ ਨੇ ਅਕਾਲ ਅਕੈਡਮੀਜ਼ ਨੇ ਉਹ ਅਸਲ ਗਵਰਨਮੈਂਟ ਤੇ ਬੰਦ ਕਰਤੇ ਇਹਨਾਂ ਘਰਾਂ ਤੇ ਆਨਲਾਈਨ ਉਹਨਾਂ ਨੂੰ ਪੜਾਈ ਕੀਤੀ ਜਾ ਰਹੀ ਹੈ ਜਿਹ ਪ੍ਰਿੰਸੀਪਲ ਬੜੀ ਮਿਹਨਤ ਕੀਤੀ ਆ ਔਨਲਾਈਨ ਪੜਾਈ ਕਰਕੇ ਘਰਾਂ ਦੇ ਬੈਠ ਵਿੱਚ ਬੈਠੇ ਹੀ ਬੱਚੇ ਪੜ੍ਹ ਰਹੇ ਨੇ ਸਾਰਾ ਆਪਣਾ ਕੋਰਸ ਕਰ ਰਹੇ ਨੇ ਔਰ ਉਹ ਬੱਚਿਆਂ ਨੇ ਘਰਾਂ ਦੇ ਕਮਰਖਾਨ ਬੈਠ ਕੇ ਜਬਜੀ ਕੀਤਾ ਜਬਜੀ ਸਾਹਿਬ ਦਾ ਜਬਜੀ ਸਾਹਿਬ ਦੇ ਪਾਠ ਜਿਹੜੇ ਨੇ 9 ਲੱਖ 9 ਲੱਖ ਕਰਤੇ ਬੱਚਿਆਂ ਨੇ ਤੇ ਕੁਮਾਰ ਦੇ ਛੋਟੇ ਛੋਟੇ ਬੱਚਿਆਂ ਨੇ 9 ਲੱਖ ਪਾਰ ਜਬਜੀ ਸਾਹਿਬ ਦੇ ਕਰਤੇ ਚੋਪਾਈ ਸਾਹਿਬ ਦੇ ਪਾਠ 11 ਲੱਖ ਕਰਤੇ ਮੂਲ ਮੰਤਰ ਦੇ ਪਾਠ ਜਿਹੜੇ ਨੇ ਉਹ ਬੱਚਿਆਂ ਨੇ ਕਾਮਦ ਕਮ ਸਾਰੇ 65 ਲੱਖ ਕਰ ਦਿੱਤੇ ਗੁਰਮੁਖੋ ਇਹ ਐਸ ਵੇਲੇ ਸਕੂਲ ਚ ਪੜ੍ਹਨ ਵਾਲੇ ਬੱਚਿਆਂ ਦੇ ਵਿੱਚ ਐਨਾ ਉਤਸ਼ਾਹ ਆ ਕਿ ਆਪਾਂ ਪਾਠ ਕਰੀਏ ਇੱਕ ਅੱਛਾ ਜਿਹੜਾ ਆ ਹਿੰਦੁਸਤਾਨ ਤੇ ਜੋ ਬਿਮਾਰੀ ਦਾ ਕੱਟ ਆਇਆ ਇਹ ਦੂਰ ਹੋਵੇ ਗੁਰਮੁਖੋ ਜੇ ਬੱਚੇ ਐਸਾ ਕਰ ਸਕਦੇ ਨੇ ਤਾਂ ਆਪਾਂ ਕਿਉਂ ਨਾ ਖੈਰਦਾਨੇ ਕਰੀਏ ਆਪਾਂ ਸਾਰੇ ਜabezਦਾ ਦਾ ਪਾਠ ਕਰੀਏ ਜਾਂ ਪੈਸਾ ਦਾ ਪਾਠ ਕਰੀਏ ਉਮ ਮੰਤਾ ਪਾਠ ਕਰੀਏ ਸਾਡਾ ਵੀ ਭਲਾ ਤੇ ਦੁਨੀਆਂ ਦਾ ਵੀ ਭਲਾ ਹੋਏਗਾ ਤੇ ਮੈਂ ਥਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਭਾਈ ਇਹ ਬੱਚਿਆਂ ਤੋਂ ਸੇਵ ਲੈ ਲਈਏ ਆਪਾਂ ਵੀ ਧਾਮ ਮੰਨ ਜਪੀਏ ਪਾਠ ਕਰੀਏ ਦੂਸਰਾਂ ਦਾ ਭਲਾ ਕਰੀਏ ਸੇਵਾ ਕਰਕੇ ਆਪਣਾ ਜਨਮ ਸਫਲਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ